ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਫਿਰ ਘਿਰ ਚੁੱਕੇ ਨੇ ਇੱਕ ਵਾਰ ਤੇ ਉਹਨਾਂ ਤੇ ਪਰਚਾ ਦਰਜ ਕਰਨ ਦੀ ਹੁਣ ਮਨਜ਼ੂਰੀ ਲਈ ਜਾ ਰਹੀ ਹੈ ਮਨਜ਼ੂਰੀ ਕਿਸ ਵਿਸ਼ੇ ਤੇ ਲਈ ਜਾ ਰਹੀ ਹੈ ਐਫ ਬੀ ਯੂ ਜਿਹੜਾ ਯੂਨਿਟ ਬਣਾਇਆ ਗਿਆ ਸੀ ਦਿੱਲੀ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹ ਚੱਲ ਰਿਹਾ ਸੀ ਮਨੀਸ਼ ਸੋਦੀਆ ਦੇ ਅੰਡਰ ਉਸੇ ਹੀ ਰਹਿਨਮਾਈ ਦੇ ਥੱਲੇ ਚੱਲ ਰਿਹਾ ਸੀ ਔਰ ਜਿੱਥੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠੇ ਔਰ ਅੰਦਰ ਤੱਕ ਦੇਣ ਦੀਆਂ ਗੱਲਾਂ ਕੀਤੀਆਂ ਗਈਆਂ ਕਿ ਮਨੀਸ਼ ਸੋਦੀਆ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਵਿਰੋਧੀ ਧਿਰਾਂ ਨੇ ਕੋਈ ਮੌਕਾ ਨਹੀਂ ਜਾਣ ਦਿੱਤਾ ਤੇ ਕਿਹਾ ਕਿ ਹਿਰਾਫੇਰੀ ਕੀਤੀ ਗਈ ਹੈ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਇਹਨਾਂ ਦੋਸ਼ਾਂ ਦੇ ਵਿੱਚ ਘੇਰੇ ਮਨੀਸ਼ ਸੋਦੀਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਸਾਨੂੰ ਕਿਸੇ ਹੋਰ ਪਾਰਟੀ ਦੇ ਕੋਲ ਸਾਨੂੰ ਘੇਰਨ ਦੇ ਲਈ ਕੋਈ ਹੋਰ ਮੁੱਦਾ ਨਹੀਂ ਹੈ ਕਿਸੇ ਕੋਲ ਜਦੋਂ ਕੋਈ ਮੁੱਦਾ ਨਹੀਂ ਹੁੰਦਾ ਤੇ ਫਿਰ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਿਰੇ ਤੋਂ ਜਿਹੜਾ ਨਕਾਰ ਦਿੱਤਾ ਗਿਆ ਸੀ ਇਲਜ਼ਾਮਾ ਨੂੰ ਤੇ ਹੁਣ ਇੱਕ ਹੋਰ ਮਸਲੇ ਦੇ ਵਿੱਚ ਸੀਬੀਆਈ ਨੇ ਇਹ ਰਿਪੋਰਟ ਹੈ ਜਿਹੜੀ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਹੈ ਸੀਬੀਆਈ ਨੇ ਕਿਹੜੇ ਮਸਲੇ 'ਚ ਜਾਂਚ ਕੀਤੀ ਹੈ ਦਰਅਸਲ ਐਫਬੀਯੂ ਯੂਨਿਟ ਦਾ ਮਸਲਾ ਹੈ ਕਿ ਉਹ ਯੂਨਿਟ ਬਣਾਇਆ ਕਿਉਂ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਦਿੱਲੀ ਦੀ ਸਰਕਾਰ ਦਾ ਦਾਵਾ ਇਹ ਹੈ ਕਿ ਯੂਨਿਟ ਇਸ ਕਰਕੇ ਬਣਾਇਆ ਗਿਆ ਸੀ ਕਿ ਵੱਖ-ਵੱਖ ਭਾਗਾਂ ਦੇ ਵਿੱਚ ਹੋ ਰਹੀ ਜਿਹੜੀ heira-pheri ਹੈ ਭ੍ਰਿਸ਼ਟਾਚਾਰ ਨੇ ਜਿਹੜੇ ਉਹ ਮਸਲਿਆਂ ਨੂੰ ਰੋਕਣ ਦੇ ਲਈ ਨਜ਼ਰ ਰੱਖੀ ਜਾਵੇ ਫੀਡਬੈਕ ਯੂਨਿਟ ਜਿਹੜਾ ਬਣਾਇਆ ਗਿਆ ਪਰ ਇਲਜ਼ਾਮ ਇਹ ਲੱਗੇ ਐ ਐਫਬੀ ਯੂਨਿਟ ਤੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਕਾਰਗੁਜ਼ਾਰੀ ਦੇ ਉੱਤੇ ਕਿ ਮਨੀਸ਼ ਸੋਦੀਆ ਦੇ ਅੰਡਰ ਡਿਪਾਰਟਮੈਂਟ ਉਹ ਯੂਨਿਟ ਚੱਲ ਰਿਹਾ ਸੀ ਇਲਜ਼ਾਮ ਇਹ ਲੱਗੇ ਕਿ ਬਾਕੀ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਜਸੂਸੀ ਕੀਤੀ ਜਾ ਰਹੀ ਹੈ ਉਹਨਾਂ ਦੀ ਇਸ ਮਸਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਤਾਂ ਸੀਬੀਆਈ ਨੇ ਜਾਂਚ ਕਰ ਦਿੱਤੀ ਹੁਣ ਸੀਬੀਆਈ ਦੀ ਜਾਂਚ ਰਿਪੋਰਟ ਹੈ ਜਿਹੜੀ ਉਹ ਵਿਜੀਲੈਂਸ ਵਿਭਾਗ ਕੋਲ ਪਹੁੰਚ ਚੁੱਕੀ ਹੈ ਤੇ ਐਲਜੀ ਨੇ ਜਿਹੜੇ ਸਖਸੈਨਾ ਦਿੱਲੀ ਦੇ ਉਹਨਾਂ ਨੇ ਹੁਣ ਇਸ ਮਸਲੇ ਦੇ ਵਿੱਚ ਰਾਸ਼ਟਰਪਤੀ ਨੂੰ ਪੱਤਰ ਤੱਕ ਲਿਖ ਦਿੱਤਾ ਹੈ ਕਿ ਮਨਜ਼ੂਰੀ ਦਿੱਤੀ ਜਾਵੇ ਗ੍ਰਹਿ ਮੈਕਮੇ ਦੇ ਵੱਲ ਤੋਂ ਮਨਜ਼ੂਰੀ ਲਈ ਜਾਵੇ ਕਿ ਇਸ ਦੇ ਉੱਤੇ ਪਰਚਾ ਹੋਣਾ ਚਾਹੀਦਾ ਹੈ ਜਿਹੜੀ ਕਾਰਵਾਈ ਹੈ ਕਰਨ ਦੇ ਲਈ ਮਨਜ਼ੂਰੀ ਮੰਗੀ ਗਈ ਹੈ ਕਿ ਹੁਣ ਪਰਚਾ ਕੀ ਛੇਤੀ ਦਰਜ ਹੋਵੇਗਾ ਇਸ ਮਸਲੇ ਦੇ ਉੱਤੇ ਮਨੀਸ਼ ਸੋਦੀਆ ਨੇ ਹਾਲੇ ਤੱਕ ਕੋਈ ਟਵੀਟ ਨਹੀਂ ਕੀਤਾ ਤੇ ਹੁਣ ਅਸੀਂ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਪੂਰਾ ਮਸਲਾ ਹੋਰ ਕੀ ਹੈ ਸੀਬੀਆਈ ਨੇ ਜਿਹੜਾ 56 ਕੱਸਿਆ ਕਿਸ ਆਧਾਰ ਤੇ ਕੱਸਿਆ ਸ਼ਿਕਾਇਤਾਂ ਤੇ ਸੀ ਇਲਜ਼ਾਮ ਹੈ ਸੰਮਰੀਸ ਸੋਦੀਆ ਦੇ ਉੱਤੇ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਉੱਤੇ ਕਿ ਜਿਹੜਾ ਐਫ ਬੀ ਯੂ ਯੂਨਿਟ ਹੈ ਫੀਡਬੈਕ ਯੂਨਿਟ ਹੈ ਉਸ ਦਾ ਜਿਹੜਾ ਮਕਸਦ ਸਰਕਾਰ ਤਾਂ ਇਹ ਦੱਸਦੀ ਰਹੀ ਕਿ ਅਸੀਂ ਨਜ਼ਰ ਰੱਖਣੀ ਆ ਵੱਖ-ਵੱਖ ਭਾਗਾਂ ਦੇ ਉੱਤੇ ਕਿ ਕਿਤੇ ਹਿਰਾਫੇਰੀ ਤਾਂ ਨਹੀਂ ਹੋ ਰਹੀ ਕਿਸੇ ਤੇ ਭ੍ਰਿਸ਼ਟਾਚਾਰ ਤਾਂ ਨਹੀਂ ਹੋ ਰਿਹਾ ਹਾਲਾਂਕਿ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਜ਼ੀਰੋ ਟੋਲਰੈਂਸ ਦੇ ਆਧਾਰ ਦੇ ਉੱਤੇ ਕਾਰਵਾਈ ਕਰਾਂਗੇ ਨਾ ਸੱਡਾ ਆਪਣਾ ਸੀ ਬਖਸ਼ਣਾ ਤੇ ਨਾ ਬਗਾਨਾ ਬਖਸ਼ਣਾ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਦੂਜੇ ਪਾਸੇ ਵਿਰੋਧੀਆਂ ਨੇ ਜਦੋਂ ਇਹ ਸਵਾਲ ਚੁੱਕੇ ਕਿ ਸਾਡੀ ਤਾਂ ਜਸੂਸੀ ਹੋ ਰਹੀ ਹੈ ਤਾਂ ਫਿਰ ਇਸ ਮਸਲੇ ਦੇ ਉੱਤੇ सीबीआई ਨੂੰ ਜਾਂਚ ਸੌਂਪ ਦਿੱਤੀ ਗਈ सीबीआई ਕੇਂਦਰੀ ਏਜੰਸੀ ਨੇ ਜਦੋਂ ਜਾਂਚ ਕੀਤੀ ਹੈ ਤੇ ਉਹ ਜਾਂਚ ਰਿਪੋਰਟ ਹੈ ਜਿਹੜੀ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਵਿਜੀਲੈਂਸ ਵਿਭਾਗ ਕੋਲ ਜਦੋਂ ਹੀ ਉਹ ਟੇਬਲ ਦੇ ਉੱਤੇ ਰਿਪੋਰਟ ਆਉਂਦੀ ਹੈ ਤੇ ਉਸ ਤੋਂ ਬਾਅਦ ਮਸਲਾ ਹੋਰ ਤੂਲ ਫੜ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਵਾਕਈ ਇਸ ਵਿੱਚ ਕਿਤੇ ਨਾ ਕਿਤੇ ਕੋਈ ਗੜਬੜੀ ਹੋਈ ਹੈ ਹਾਲਾਂਕਿ ਵਿਸਥਾਰ ਦੇ ਨਾਲ ਉਸ ਸੀਬੀਆਈ ਦੀ ਰਿਪੋਰਟ ਵਿੱਚ ਕੀ ਹੈ ਜਨ ਤੱਕ ਨਹੀਂ ਕੀਤੀ ਗਈ ਪਰ ਇੱਕ ਗੱਲ ਪੱਕੀ ਹੈ ਤੈ ਹੋ ਗਈ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੇ ਦਿੱਲੀ ਦੇ ਐਲਜੀ ਨੇ ਉਹਨਾਂ ਨੇ ਵੀ ਹੁਣ ਮੰਗ ਮਨਜ਼ੂਰੀ ਮੰਗੀ ਹੈ ਕਿ ਪਰਚਾ ਦਰਜ ਹੋਣਾ ਚਾਹੀਦਾ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਹਾਲਾਂਕਿ ਪਹਿਲਾਂ ਹੀ 36 ਦਾ ਅੰਕੜਾ ਚੱਲਦਾ ਹੈ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉੱਥੋਂ ਦੇ ਐਲਜੀ ਦੇ ਵਿਚਾਰੇ ਜਿਸੇ ਤਰ੍ਹਾਂ ਥੋੜੀ ਸਥਿਤੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਦੇਖਣ ਨੂੰ ਮਿਲੀ ਸੀ ਕਿ ਕਿਵੇਂ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਵੀ ਟਕਰਾਅ ਆ ਜਿਹੜੀ ਵੱਧ ਗਈ ਸੀ ਬਿਆਨਬਾਜ਼ੀਆਂ ਹੋਈਆਂ ਜਦੋਂ ਗੁਜਰਾਤ ਇਲੈਕਸ਼ਨ ਦੀ ਚੋਣ ਪ੍ਰਚਾਰ ਚੱਲ ਰਿਹਾ ਸੀ ਉਦੋਂ ਵੀ ਕਾਫੀ ਤੰਜ ਕਸੇ ਗਏ ਤਾਂ ਦੂਜੇ ਪਾਸੇ ਜਦੋਂ ਗਵਰਨਰ ਨੇ ਕੰਮ ਰੋਕੇ ਜਾਂ ਰਿਪੋਰਟਾਂ ਵਾਪਸ ਭੇਜੀਆਂ ਤੇ ਇੱਕੋ ਇਲਜ਼ਾਮ ਲੱਗਿਆ ਗਵਰਨਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੇ ਸਰਕਾਰ ਵੱਲੋਂ ਕਿ ਕਿਤੋਂ ਹੋਰ ਇਸ਼ਾਰਾ ਆ ਰਿਹਾ ਕਿਸੇ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਗਵਰਨਰ ਸਾਹਿਬ ਇਸ ਮਸਲੇ ਦੇ ਉੱਤੇ ਗਵਰਨਰ ਸਾਹਿਬ ਨੇ ਜਵਾਬ ਵੀ ਦਿੱਤਾ ਕਿ ਮੇਰੇ ਕੋਲ ਕੁਝ ਗੱਲਾਂ ਹੋਰ মিডিਆ ਵਿੱਚ ਕੁਝ ਹੋਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿੱਥੋਂ ਤੱਕ ਰਹੀ ਮਸਲੇ ਦੀ ਗੱਲ ਸੀਬੀਆਈ ਦੀ ਰਿਪੋਰਟ ਦੀ ਸੀਬੀਆਈ ਦੇ ਸ਼ਿਕੰਜਾ ਜਿਹੜਾ ਕੱਸਿਆ ਹੋਇਆ ਹੈ ਮਨੀਸ ਸੋਦੀਆ ਦੀ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਪਹਿਲਾਂ ਹੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਬੁਰੀ ਤਰ੍ਹਾਂ ਘਿਰ ਚੁੱਕੇ ਨੇ ਔਰ ਇੱਕ ਅੱਜ ਗ੍ਰਿਫਤਾਰੀ ਵੀ ਹੋਈ ਹੈ ਇਸ ਮਸਲੇ ਦੇ ਵਿੱਚ ਗੌਰਵ ਮਲਹੋਤਰਾ ਦੀ ਦੀ ਮਲਹੋਤਰਾ ਜਿਨ੍ਹਾਂ ਦੇ ਕੋਲ ਇਹ ਦੱਸਿਆ ਗਿਆ ਕਿ ਦਿੱਲੀ ਦੇ ਵਿੱਚ ਵੀ ਕਾਫੀ ਠੇਕੇ ਨੇ ਜਿਹੜੇ ਐਕਸਾਈਜ਼ ਪਾਲਿਸੀ ਦੇ ਵਿੱਚ ਜਦੋਂ ਬਣੀ ਤੇ ਉਹਨਾਂ ਨੂੰ ਠੇਕੇ ਦਿੱਤੇ ਗਏ ਜੀਰਾ ਸ਼ਰਾਫ ਫੈਕਟਰੀ ਦਾ ਮਸਲਾ ਵੀ ਸਿੱਧੇ ਤੌਰ ਤੇ ਉਸੇ ਘਰ ਦੇ ਨਾਲ ਜੁੜਿਆ ਹੋਇਆ ਹੈ ਕਿ ਉਹਨਾਂ ਦੀ ਫੈਕਟਰੀ ਸੀ ਦੀ ਮਨੋਤਰਾ ਦੇ ਲੜਕੇ ਦੀ ਜਿਹੜੀ ਛਾਪਾ ਵੀ ਪਿਆ ਔਰ ਗ੍ਰਿਫਤਾਰੀ ਵੀ ਹੁੰਦੀ ਹੈ ਇਸ ਮਸਲੇ ਦੇ ਵਿੱਚ ਇਹ ਸਾਰੇ ਮਸਲੇ ਇੱਕ ਦੂਜੇ ਨਾਲ ਜੁੜੇ ਹੋਏ ਅਸੀਂ ਚਰਚਾ ਇਸ ਕਰਕੇ ਕਰ ਰਿਹਾ ਇਸ ਰਿਪੋਰਟ ਵਿੱਚ ਕਿ ਸਾਰੇ ਮਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਸਵਾਲ ਜ਼ਰੂਰ ਖੜੇ ਹੋ ਜਾਂਦੇ ਨੇ ਪਹਿਲਾਂ ਹੀ ਜਿੱਥੇ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਮਨੀਸ਼ ਸੋਦੀਆ ਤੇ ਇੱਕ ਮਸਲਾ ਹੋਰ ਖੜਾ ਹੋਇਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਮਨੀਸ਼ ਸੋਦੀਆ ਜਿਹੜੇ ਵਿਰੋਧੀ ਦਲ ਸੀ ਵਿਰੋਧੀ ਤੇ ਰਾ ਸੀ ਉਹਨਾਂ ਦੀ ਜਿਚੂਸੀ ਕਰਨ ਦੇ ਜਿਹੜੇ ਉਹਨਾਂ ਦੇ ਉੱਤੇ ਦੋਸ਼ ਲੱਗ ਜਾਂਦੇ ਨੇ ਤੇ ਮਾਮਲਾ ਸੀਬੀਆਈ ਕੋਲ ਜਾਂਦਾ ਤੇ ਸੀਬੀਆਈ ਦੀ ਜਿਹੜੀ ਰਿਪੋਰਟ ਹੈ ਹੁਣ ਇਹ ਕਿਹਾ ਜਾ ਰਿਹਾ ਕਿ ਪਹੁੰਚ ਚੁੱਕੀ ਹੈ ਵਿਜੀਲੈਂਸ ਦੇ ਟੇਬਲ ਤੇ ਤੇ ਉਸ ਤੋਂ ਬਾਅਦ ਦਿੱਲੀ ਦੇ ਜਿਹੜੇ ਉਪ ਰਾਜਪਾਲ ਨੇ ਐਲਜੀ ਨੇ ਵਿਨੇ ਕੁਮਾਰ ਸਖਸੈਨਾ ਉਹਨਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਗ੍ਰਹਿ ਵਿਭਾਗ ਮੈਂ ਜਿਹੜਾ ਉਸ ਦੇ ਜਰੀਏ ਮਨੀਸ਼ ਸੋਦੀਆ ਦੇ ਉੱਤੇ ਕੇਸ ਚਲਾਉਣ ਦੀ ਜਿਹੜੀ ਮਨਜ਼ੂਰੀ ਦੀ ਮੰਗ ਕੀਤੀ ਹੈ ਕਿ ਮਨਜ਼ੂਰੀ ਮਿਲਣੀ ਚਾਹੀਦੀ ਹੈ ਇਹ ਵੀ ਕਿਹਾ ਗਿਆ ਕਿ ਦਿੱਲੀ ਸਰਕਾਰ ਨੇ ਜਿਹੜਾ ਫੀਡਬੈਕ ਯੂਨਿਟ ਬਣਾਇਆ ਸੀ 2015-16 ਦੇ ਦੌਰਾਨ ਤਾਂ ਉਹ ਯੂਨਿਟ ਇਸ ਕਰਕੇ ਸਥਾਪਿਤ ਕੀਤਾ ਗਿਆ ਸੀ ਕਿ ਨਜ਼ਰ ਰੱਖੀ ਜਾਵੇ ਹਰ ਵਿਭਾਗ ਦੇ ਉੱਤੇ ਕਿ ਕਿਤੇ ਪਰਦੇ ਦੇ ਹੇਠਾਂ ਕੁਝ ਹੋਰ ਤਾਂ ਨਹੀਂ ਹੋ ਰਿਹਾ ਬਾਹਰ ਕੁਝ ਹੋਰ ਦਿਖਾਇਆ ਜਾ ਰਿਹਾ ਹੋਵੇ ਤਾਂ ਇਨਪੁਟ ਲਈ ਜਾਂਦੀ ਸੀ ਉਸ ਆਧਾਰ ਦੇ ਉੱਤੇ ਉਸ ਯੂਨਿਟ ਦੇ ਆਧਾਰ ਦੇ ਉੱਤੇ ਤਾਂ ਸਰਕਾਰ ਦਾ ਇਹ ਕਹਿਣਾ ਹੈ ਕਿ ਸਾਡੀ ਮੰਨਛਾ ਇਹ ਸੀ ਕਿ ਵਿਭਾਗਾਂ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਐਫਬੀ ਯੂਨਿਟ ਐਫਬੀਯੂ ਯੂਨਿਟ ਹੈ ਜਿਹੜਾ ਉਹ ਬਣਾਇਆ ਗਿਆ ਹਾਲਾਂਕਿ ਸਰਕਾਰ ਦੇ ਉੱਤੇ ਇਲਜ਼ਾਮ ਇਹ ਲੱਗ ਗਏ ਕਿ ਇਸ ਦੇ ਜ਼ਰੀਏ ਦਿੱਲੀ ਸਰਕਾਰ ਵਿਰੋਧੀ ਧਿਰਾਂ ਨੇ ਜਿਹੜੀਆਂ ਦਿੱਲੀ ਦੇ ਵਿੱਚ ਆਪੋਜੀਸ਼ਨ ਦਾ ਰੋਲ ਨਿਭਾਉਂਦੀਆਂ ਨੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਤਾਂ ਉਹਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਜਸੂਸੀ ਲੀਡਰਾਂ ਦੀ ਕੀਤੀ ਜਾ ਰਹੀ ਹੈ ਇਸ ਕਰਕੇ ਜਾਂਚ ਆ ਜਿਹੜੀ ਸੀਬੀਆਈ ਨੂੰ ਸੌਂਪੀ ਗਈ ਸੀ ਤੇ ਸੀਬੀਆਈ ਨੇ ਆਪਣੀ ਰਿਪੋਰਟ ਆ ਜਿਹੜੀ ਵਿਜੀਲੈਂਸ ਤੱਕ ਪਹੁੰਚਾ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਸੁਸੋਧਿਆ ਦੇ ਉੱਤੇ ਕੇਸ ਚਲਾਉਣ ਦੀ ਮਨਜ਼ੂਰੀ ਮੰਗੀ ਜਾ ਰਹੀ ਹੈ ਕਿ ਦਿੱਤੀ ਜਾਵੇ ਔਰ ਹੁਣ ਮਨਜ਼ੂਰੀ ਮਿਲਦੀ ਹੈ ਕਿ ਨਹੀਂ ਮਿਲਦੀ ਪਰਚਾ ਕਦੋਂ ਦਰਜ ਹੁੰਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਇੱਕ ਵਾਰ ਮੁਸ਼ਕਲਾਂ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸੋਦਿਆਵੀਆਂ ਦੀਆਂ ਵੱਧੀਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਹੀ ਉਹ ਇੱਕ ਮਸਲੇ ਦੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਸਨ ਹੁਣ ਇਸ ਮਸਲੇ ਦੇ ਵਿੱਚ ਕੀ ਪਰਚਾ ਦਰਜ ਹੁੰਦਾ ਹੈ ਕਦੋਂ ਹੁੰਦਾ ਹੈ ਹੋਰ ਕਿਹੜਾ ਆਧਾਰ ਬਣਾਇਆ ਜਾਂਦਾ ਹੈ ਕੀ ਗਰਾਊਂਡ ਤਿਆਰ ਕੀਤਾ ਜਾਂਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਰ ਸੀਬੀਆਈ ਦੀ ਉਸ ਜਾਂਚ ਰਿਪੋਰਟ ਦੇ ਵਿੱਚ ਕੀ ਕੁਝ ਹੈ ਕਾਫੀ ਕੁਝ ਖੁਲਾਸੇ ਹੋਣ ਦੀ ਸੰਭਾਵਨਾ ਇਸ ਕਰਕੇ ਹੈ ਕਿਉਂਕਿ ਕਿਸੇ ਆਧਾਰ ਦੇ ਉੱਤੇ ਹੀ ਪਰਚਾ ਕਰਨ ਦੀ ਕੇਸ ਚਲਾਉਣ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ ਤੇ ਦਿੱਲੀ ਦੇ ਜਿਹੜੇ ਐਲਜੀ ਨੇ ਵਿਨੇ ਕੁਮਾਰ ਸੁਖਸੈਨਾ ਉਹਨਾਂ ਨੇ ਵੀ ਮੰਗ ਕਰ ਦਿੱਤੀ ਇਹ ਤੇ ਰਾਸ਼ਟਰਪਤੀ ਨੂੰ ਪੱਤਰ ਤੱਕ ਲਿਖ ਦਿੱਤਾ ਹੈ